ਬਸ ਬਸ ਕੋਈ ਨਹੀਂ। ਹਰਭਜਨ ਸਿੰਘ ਮੇਰਾ ਨਾਂ ਹੈ ਜੀ। ਹਾਂਜੀ, ਫਤਿਹਗੜ੍ਹ ਦਾ ਰਹਿਣ ਵਾਲਾ, ਸਰਹੰਦ ਸ਼ਹਿਰ ਦਾ ਵਾਸੀ ਹਾਂ। ਮੈਂ ਪ੍ਰਾਈਵੇਟ ਕੰਮ ਕਰਦਾ ਜੀ, ਡਰਾਈਵਰ ਹਾਂ ਮੈਂ। ਅਤੇ ਮੈਂ ਸਵੇਰਿਓਂ ਉੱਥੇ ਰੋਪੜ ਚਲੇ ਗਿਆ ਜੀ, ਅਤੇ ਮੈਨੂੰ 2:30 ਵਜੇ ਫੋਨ ਆਇਆ। ਉੱਥੇ ਦੀ ਹਰਿਆਣੇ ਦੀ ਪੁਲਿਸ ਆਈ ਵੀ ਸੀ, ਇੰਸਪੈਕਟਰ ਦਾ ਏਐਸਆਈ ਦਾ ਫੋਨ ਆਇਆ ਵੀ ਮੈਂ ਤੇਰੇ ਘਰ ਆਇਆ, ਮੈਂ ਤੁਹਾਡਾ ਸਮਾਨ ਲੈ ਕੇ ਜਾਣਾ ਅਤੇ ਤੁਹਾਡੇ ਮੁੰਡੇ ਨੂੰ ਵੀ ਲੈ ਕੇ ਜਾਣਾ। ਮੈਂ ਇਹਨਾਂ ਨੂੰ ਕਿਹਾ ਵੀ ਮੈਂ 2 ਘੰਟੇ ਤੱਕ ਆ ਸਕਦਾ, ਹੁਣ ਤਾਂ ਮੈਂ ਬਹੁਤ ਦੂਰ ਹਾਂ, ਮੈਂ ਅੰਦਰ ਫੈਕਟਰੀ 'ਚ ਸੀਗਾ। ਮੈਂ ਇਹਨਾਂ ਨੂੰ ਕਿਹਾ ਵੀ ਰੁਕੋ, ਉਸ ਤੋਂ ਬਾਅਦ ਤੁਸੀਂ ਮੈਂ ਤੁਹਾਨੂੰ ਮਿਲ ਕੇ ਫਿਰ ਤੁਸੀਂ ਜਾਇਓ। ਇਹਨਾਂ ਨੇ ਕੋਈ ਮੇਰਾ ਇੰਤਜ਼ਾਰ ਨਹੀਂ ਕਰਿਆ, ਮੇਰੇ ਘਰ 'ਚ ਕੋਈ ਵੀ ਨਹੀਂ ਸੀ ਮੇਰੀ। ਮਹਾਰਾਜ ਜੀ, ਤੁਸੀਂ ਇਹ ਦੱਸੋ ਵੀ ਜਿਹੜੇ ਇਹਨਾਂ ਨੇ ਤੁਹਾਨੂੰ ਇਹ ਕਾਰਨ ਵਾਸਤੇ ਬੁਲਾਇਆ, ਇਹ ਤੋਂ ਪਹਿਲਾਂ ਕੋਈ ਤੁਹਾਨੂੰ ਸੂਚਨਾ ਦਿੱਤੀ ਸੀ? ਕੋਈ ਸੂਚਨਾ ਨਹੀਂ ਦਿੱਤੀ, ਕੁਛ ਨਹੀਂ ਸਾਨੂੰ, ਨੋਟਿਸ ਵਗੈਰਾ, ਨੋਟਿਸ ਨਾ ਕੁਛ, ਨਾ ਟੈਲੀਫੋਨ, ਨਾ ਮੇਰਾ ਸਭ ਕੁਛ ਉਹਨਾਂ ਕੋਲ ਟੈਲੀਫੋਨ ਨੰਬਰ। ਹਾਂਜੀ, ਮਹਿਲਾ ਮੰਡਲ 'ਚ ਅਸੀਂ ਬਹੁਤ ਵਾਰ ਜਾਏ, ਉੱਥੇ 4-4 ਵਾਰ ਸਾਨੂੰ ਇਹ ਇੰਨਾ ਤੰਗ ਕਰਦੇ ਨੇ ਪੁਲਿਸ। ਤੁਹਾਡਾ ਘਰ ਦੇ ਵਿੱਚ ਨੁਕਸਾਨ ਕੀ ਹੈ ਜਿਹੜਾ ਤੁਸੀਂ? ਸਾਡਾ ਘਰ ਦੇ ਵਿੱਚ ਦੇਖੋ ਜੀ, ਮੇਰੇ ਇੱਥੋਂ ਇਹ ਇੱਧਰੋਂ ਸਮਾਨ ਲੈ ਕੇ, ਮੇਰਾ ਘਰ ਦੇ ਵਿੱਚ ਟਰੰਕ ਸੀਗਾ ਜਿਹਦੇ ਵਿੱਚ ਮੇਰੇ ਘਰ ਵਾਲੀ ਦੀ ਉਹ ਗੁਜ਼ਰ ਗਈ, ਉਹਦੀਆਂ ਵਾਲੀਆਂ ਅਤੇ ਮੇਰੀ ਮੁੰਦੀ ਸੀਗੀ, ਉਹ ਸੀਗਾ ਮੇਰਾ। ਮੈਂ ਥੋੜ੍ਹੇ ਥੋੜ੍ਹੇ ਪੈਸੇ ਇਕੱਠੇ ਕਰਕੇ 17,230 ਰੁਪਏ ਮੈਂ ਜਮ੍ਹਾਂ ਕਰਕੇ, ਮਤਲਬ ਉਹ ਲਿਖ ਲੈਂਦਾ ਸੀ ਵੀ ਇੰਨੇ ਹੈਗੇ ਨੇ, ਉਹ ਮੇਰੇ ਇਹਦੇ ਟਰੰਕ ਦੇ ਵਿੱਚ ਕੁਛ ਨਹੀਂ, ਸਾਰਾ ਖੰਡਾ ਗਏ ਔਰ ਸਾਰਾ ਲੈ ਕੇ ਚਲੇ ਗਏ। ਮੈਨੂੰ ਇਹਨਾਂ ਨੇ ਕੋਈ ਇਹ ਮੇਰਾ ਇੰਤਜ਼ਾਰ ਨਹੀਂ ਕਰਿਆ। ਇਹਨਾਂ ਨੂੰ ਮੈਂ ਵਾਰ ਵਾਰ ਕਿਹਾ ਵੀ ਮੈਂ ਆਉਣਾ, ਮੈਂ ਇੱਥੋਂ ਕਮ ਸੇ ਕਮ ਵੀ ਮੈਨੂੰ ਬਹੁਤ ਟਾਈਮ ਲੱਗੂਗਾ ਆਉਣ ਵਾਸਤੇ। ਮੇਰਾ ਘਰ ਦਾ ਮੈਂਬਰ ਕੋਈ ਨਹੀਂ ਸੀ, ਮੇਰੀ ਲੜਕੀ ਬਹੁਤ ਬਾਅਦ ਵਿੱਚ ਆਈ ਸੀ ਕੁਦਰਤੀ ਮਿਲਣ ਵਾਸਤੇ। ਇੱਥੇ ਸਿਰਫ ਗਵਾਂਢੀ ਸੀਗੇ, ਉਹਨਾਂ ਨੇ ਇਹਨਾਂ ਨੂੰ ਕਿਹਾ, ਉਹਨਾਂ ਨੇ ਪੁੱਛਿਆ ਵੀ ਤੁਸੀਂ ਕਿਉਂ ਆਏ ਹੋ, ਤੁਸੀਂ ਉਹਨਾਂ ਦਾ ਜਿਹੜਾ ਘਰ ਦਾ ਹੈ ਨਹੀਂ ਕੋਈ, ਤੁਸੀਂ ਸਮਾਨ ਕਿਉਂ ਚੱਕਦੇ? ਇਹਨਾਂ ਨੇ ਕਿਸੇ ਦੀ ਸੁਣੀ ਨਹੀਂ। ਇੱਥੇ ਫਤਿਹਗੜ੍ਹ ਸਾਹਿਬ ਦੀ ਥਾਣੇ ਦੀ ਪੁਲਿਸ ਵੀ ਨਾਲ ਸੀਗੀ, ਉਹ ਹਰਿਆਣੇ ਦੇ ਪੁਲਿਸ ਵਾਲੇ ਸੀਗੇ ਜਿਨ੍ਹਾਂ ਨੇ ਇਹ ਕੁਛ ਕਰਕੇ ਲੈ ਗਏ, ਅਤੇ ਮੇਰੇ ਮੁੰਡੇ ਨੂੰ ਵੀ ਨਾਲ ਲੈ ਗਏ, ਉਹਨੂੰ ਅੰਦਰ ਬਟਾ ਲਿਆ, ਉਹਨੂੰ ਬਾਹਰ ਨਹੀਂ ਨਿਕਲਣ ਦਿੱਤਾ, ਉਹਨੂੰ ਜ਼ਬਰਦਸਤੀ ਲੈ ਗਏ ਚੱਕ ਕੇ। ਜਦੋਂ ਭਾਈ ਸਾਹਿਬ ਜੀ ਇਹ, ਜਦੋਂ ਇਹ ਮੁੰਡੇ ਨੂੰ ਲੈ ਗਏ ਸੀ ਘਰ ਤੋਂ, ਹਾਂਜੀ, ਤੁਹਾਨੂੰ ਕੀ ਕਿਹਾ ਵੀ ਅਸੀਂ ਕਿਹੜੀ ਹਰਿਆਣੇ ਲੈ ਕੇ ਚੱਲੇ ਕਿ ਕਿੱਥੇ ਲੈ ਕੇ ਚੱਲੇ? ਉਹਨਾਂ ਨੇ ਕਿਹਾ ਜੀ ਕਿ ਫਤਿਹਗੜ੍ਹ ਸਾਹਿਬ ਲੈ ਕੇ ਜਾਣਾ ਥਾਣੇ 'ਚ। ਅੱਛਾ ਜੀ, ਹਾਂਜੀ। ਅਤੇ ਜਦੋਂ ਤੁਸੀਂ ਫਤਿਹਗੜ੍ਹ ਥਾਣੇ ਗਏ ਤਾਂ ਉੱਥੇ ਤੁਸੀਂ ਕੀ ਦੇਖਿਆ ਵੀ ਹੈ ਤਾਂ? ਅਸੀਂ ਮੈਂ ਅੰਦਰ ਜਾ ਕੇ ਆਇਆ ਜੀ। ਅੱਛਾ, ਅੰਦਰ ਵੀ ਗਿਆ ਸੀ, ਹਾਂਜੀ, ਅੰਦਰ ਉਹ ਲੱਭਿਆ ਨਹੀਂ ਮੈਨੂੰ, ਠੀਕ ਹੈ ਜੀ, ਨਾ ਗੱਡੀ ਦੇਖੀ ਉਹਨਾਂ, ਨਾ ਉਹਦੇ ਕੁਛ ਦੇਖਿਆ ਜੀ। ਅੱਛਾ ਜੀ, ਉਹ ਮੈਨੂੰ ਕਹਿੰਦੇ ਸੀ ਕਿ ਫਤਿਹਗੜ੍ਹ ਸਾਹਿਬ ਤੁਹਾਨੂੰ ਲੈ ਕੇ ਸਾਨੂੰ ਗੁਲਾਬ ਸਿੰਘ ਮਹੱਲਾ ਜੱਸੜਾਂ ਅਤੇ ਪਿੱਪਲ ਥੱਲੇ ਪੁਲਿਸ ਖੜ੍ਹੀ ਸੀ। ਮੈਂ ਕੁਦਰਤੀ ਮੌਕੇ 'ਤੇ ਆਇਆ, ਮੌਕੇ 'ਤੇ ਆਉਣ ਕਰਕੇ ਤਾਂ ਯਾਦ ਇਹਨਾਂ ਦੇ ਘਰ ਦੇਖਿਆ ਹਰਭਜਨ ਸਿੰਘ ਦੇ, ਅਤੇ ਇੱਥੇ ਹਰਿਆਣੇ ਦੀ ਪੁਲਿਸ ਪਹੁੰਚੀ ਵੀ ਸੀ, ਉਹ ਬਾਕੀ ਇਹਨਾਂ ਨਾਲ 8-10 ਬੰਦੇ ਤੇ। ਕਿਆ ਬੰਦੇ ਨੂੰ ਤੁਸੀਂ ਜਾਣਦੇ ਵੀ ਸੀ ਉਹਨਾਂ 'ਚ ਕੋਈ ਬੰਦਾ? ਜਾਣਦੇ ਨਹੀਂ ਸੀ। ਅੱਛਾ ਜੀ, ਪੁਲਿਸ ਤੋਂ ਪਤਾ ਲੱਗਿਆ ਵੀ ਹਰਿਆਣੇ ਦੀ? ਹਾਂ, ਹਰਿਆਣੇ ਦੀ ਪੁਲਿਸ ਆ। ਮੈਂ ਹਰਿਆਣੇ ਦੀ ਏਐਸਆਈ ਨੂੰ ਕਿਹਾ ਵੀ ਕੋਈ ਨੋਸਟ ਹੋਣ, ਕਿਆ ਗੱਲ ਬਾਤ। ਉਹ ਫਿਰ ਕਰਨ ਕੀ ਆਏ ਸੀ ਉਰੇ? ਉਹ ਸਾਨੂੰ ਨਹੀਂ ਦੱਸਿਆ ਜੀ, ਉਹ ਕੋਈ ਘਰਾਂ ਹੈ ਨਹੀਂ ਤਾਂ ਉਹਨਾਂ ਦਾ ਸਮਾਨ ਚੱਕ ਕੇ ਚੱਕਣ ਲੱਗ ਗਏ। ਕਿਹਨਾਂ ਦੇ ਭਲਾ? ਨੌਂ ਹਰਭਜਨ ਸਿੰਘ ਦੇ। ਅੱਛਾ ਜੀ, ਉਹ ਤੋਂ ਬਾਅਦ ਕੀ ਹੋਇਆ, ਤੁਸੀਂ ਕੀ ਕਿਹਾ? ਅਸੀਂ ਕੋਸ਼ਿਸ਼ ਕਰੀ ਰੋਕਣ ਵਾਸਤੇ, ਉਹਨਾਂ ਨੂੰ ਇਹ ਵੀ ਕਿਹਾ ਵੀ ਐਮਸੀ ਲਿਆਓ, ਕੋਈ ਸਾਡਾ ਨੰਬਰਦਾਰ ਹੋਣਾ ਚਾਹੀਦਾ, ਕੋਈ ਕੋਈ ਪਰਵਾਹ ਨਹੀਂ ਕਰੀ ਸਾਡੀ। ਹਾਂਜੀ, ਉਹਦੇ ਵਾਸਤੇ ਜਿਹੜੇ ਤੁਸੀਂ ਤਕਰੀਬਨ ਜਿਹੜੇ ਉਹਦੇ 'ਚ ਆਪਣਾ ਕੋਈ ਪੁਲਿਸ ਪ੍ਰਸ਼ਾਸਨ ਆਪਣੇ ਕੋਈ ਥਾਣੇ ਦੇ ਪੰਜਾਬ ਦੀ ਵੀ ਪੁਲਿਸ ਸੀ ਕੋਈ? ਉਹ ਪੰਜਾਬ ਪੁਲਿਸ ਦੀ ਉਹਨਾਂ ਨੇ ਮੰਗਾਈ ਆ, ਸਾਨੂੰ ਕੋਈ ਪਤਾ ਨਹੀਂ, ਅਤੇ ਕੋਈ ਉਹਨਾਂ ਦੇ ਘਰ ਦਾ ਮੈਂਬਰ ਨਹੀਂ ਤਾਂ ਮੰਗਾਉਣੀ। ਜਿਨ੍ਹਾਂ ਦੇ ਸਮਾਨ ਚੱਕਿਆ ਉਹਨਾਂ ਦੇ ਘਰ ਦੇ ਵਿੱਚ ਕੌਣ ਕੌਣ ਹਾਜ਼ਰ ਸੀ? ਕੋਈ ਹੈ ਸੀ? ਕੋਈ ਉਹਨਾਂ ਦੇ ਘਰ 'ਚ ਹਾਜ਼ਰ ਨਹੀਂ ਤਾਂ ਇੱਕ ਲੜਕਾ ਹਾਜ਼ਰ ਤਾ। ਅੱਛਾ ਜੀ, ਉਹ ਲੜਕਾ ਇਸ ਟਾਈਮ ਹੈ ਉਰੇ? ਹੈ, ਉਹ ਲੜਕਾ ਕਿੱਥੇ ਆ? ਹੈ ਨਹੀਂ, ਨਾਂ ਤਾਂ ਮੇਰਾ ਪਤਾ ਨਹੀਂ। ਉਹ ਜਿਹੜੇ ਲੈ ਕੇ ਕੌਣ ਗਏ? ਉਹ ਲੈ ਕੇ ਪੁਲਿਸ ਵਾਲੇ ਨਾਲੇ ਲੈ ਗਏ ਸਮਾਨ ਚੱਕ ਕੇ। ਸਮਾਨ ਵੀ ਲੈ ਗਏ ਤੇ ਉਹਨੂੰ ਵੀ ਲੈ ਗਏ? ਹਾਂ, ਉਹਨੂੰ ਵੀ। ਅੱਛਾ, ਤੇ ਉਹਦੇ ਸੰਬੰਧ ਦੇ ਵਿੱਚ ਤੁਹਾਡੇ ਕੋਲ ਕੋਈ ਕਾਰਵਾਈ, ਸਾਨੂੰ ਕੋਈ ਕਾਰਵਾਈ ਦਿਖਾਈ? ਜੇ ਤੁਸੀਂ ਨੋਟਿਸ ਕੋਈ ਕਾਗਜ਼ ਕਾਰਵਾਈ ਪੁੱਛੇ ਉਸ ਟਾਈਮ? ਅਸੀਂ ਪੁੱਛੀ ਆ, ਉਹਨਾਂ ਨੇ ਦੱਸੀ ਉਹਨੇ ਦਿਖਾਈ ਉਹਨੇ ਸਾਨੂੰ ਕੋਈ ਕਾਗਜ਼ ਕਾਰਵਾਈ ਨਾ। ਸਮਾਨ ਇਹਨਾਂ ਦੇ ਵਿੱਚ ਹੁਣ ਇਸ ਟਾਈਮ ਕੀ ਕੀ ਚੋਰੀ ਹੋਇਆ ਜੀ? ਚੋਰੀ ਹੋਇਆ ਸਮਾਨ, ਦੇਖੋ ਜੀ ਕੋਈ ਪਤਾ ਨਹੀਂ ਲੱਗਿਆ। ਦੇਖੋ ਇਹਨਾਂ ਦੇ ਘਰ ਦਾ ਘਰੇਲੂ ਸਮਾਨ ਆ, ਬਹੁਤ ਸਮਾਨ ਆ, ਹੁਣ ਸਾਨੂੰ ਕਿਆ ਪਤਾ ਕਿਆ ਘਰ 'ਚ ਹੁੰਦਾ ਕਿਆ ਨਹੀਂ। ਅੱਛਾ, ਇਹਦੇ ਹਿਸਾਬ ਨਾਲ ਤਾਂ ਵੀ ਕੀ ਕਹਿ ਸਕਦੇ ਇਹਨੂੰ, ਚੋਰੀ ਹੋਈ ਆ ਕੀ? ਇਹ ਚੋਰੀ ਹੋਈ ਆ ਜੀ, ਜਦ ਘਰ ਦੇ ਕੋਈ ਮਾਲਕ ਨਹੀਂ, ਚੋਰੀ ਹੋਈ ਆ ਇਸ ਟਾਈਮ। ਉਹਨਾਂ ਨੂੰ ਇਹ ਕਿਹਾ ਤਾ ਵੀ ਐਮਸੀ ਸਾਹਿਬ ਨੂੰ ਬੁਲਾਓ, ਨੰਬਰਦਾਰ ਨੂੰ ਬੁਲਾਓ, 5-4 ਬੰਦੇ ਬੁਲਾਓ, ਕੋਈ ਸਾਨੂੰ ਕੋਰਟ 'ਚੋਂ ਸੰਮਣ ਆਇਆ ਵੀ ਉਹ ਦਿਖਾਓ। ਉਹਨਾਂ ਨੇ ਕੁਛ ਨਹੀਂ ਦਿਖਾਇਆ। ਥੈਂਕ ਯੂ ਜੀ, ਧੰਨਵਾਦ ਜੀ।
ਹਰਭਜਨ ਸਿੰਘ ਨੂੰ ਬੁਲਾ ਸਕਦੇ? ਹਰਭਜਨ ਸਿੰਘ ਨੂੰ ਫਿਰ ਫੋਨ ਕਰਿਆ ਤਾ, ਹਰਭਜਨ ਸਿੰਘ ਆਇਆ ਰਾਤ 7 ਵਜੇ। ਅੱਛਾ ਜੀ, ਉਹ ਕਿੱਥੇ ਸੀ ਬਲਾ? ਉਹ ਰੋਪੜ, ਉਹਦੇ ਸਵਰਾਜ ਵਾਲਿਆਂ ਦੀ ਗੱਡੀ ਚਲਾਉਂਦਾ ਪ੍ਰਾਈਵੇਟ। ਅੱਛਾ ਅੱਛਾ, ਵੀ ਆਪਣੀ ਡਿਊਟੀ 'ਤੇ ਜੀ? ਹਾਂ, ਆਪਣੀ ਡਿਊਟੀ ਪੜਦਾ। ਥੈਂਕ ਯੂ, ਧੰਨਵਾਦ ਜੀ। ਠੀਕ ਹੈ, ਸਾਨੂੰ ਕੋਈ ਉਹਨਾਂ ਨੇ ਮੰਗ ਪੱਤਰ ਜਾਂ ਕੁਛ ਫੋਨ ਪਾਣ ਕੁਛ ਨਹੀਂ ਕੀਤਾ ਸੀਗਾ, ਕੁਛ ਪੜਤਾਲ ਕੁਛ ਵੀ ਨਹੀਂ ਦੱਸਿਆ ਸੀਗਾ, ਕੋਈ ਨੋਟਿਸ ਵਗੈਰਾ, ਕੋਈ ਪਰਮਾਨਾ, ਕੋਈ ਥਾਣੇ ਦੇ? ਹਾਂ, ਕੋਈ ਫੋਨ ਨਹੀਂ ਆਇਆ, ਬਸ ਉਹ ਸਿੱਧਾ ਆ ਗਿਆ। ਮੈਂ ਤਾਂ ਕਾਗਜ਼ੀ ਕਾਰਵਾਈ ਹੋਣੀ, ਕੋਈ ਕਾਗਜ਼ੀ ਕਾਰਵਾਈ ਨਹੀਂ ਹੋਈ। ਮੈਂ ਤਾਂ ਅਚਾਨਕ ਘਰ ਆਈ ਵੀ ਸੀਗੀ, ਵੈਸੇ ਹੀ ਆਈ ਤੀ ਵੀ ਚਲੋ ਘਰ ਦਾ ਹਾਲ ਚਾਲ ਦੇਖੀਏ। ਦੇਖਿਆ ਆ ਕੇ ਉਹਨਾਂ ਨੇ ਵੀ ਮੁੰਡਾ ਵੀ ਚੱਕਿਆ, ਘਰ ਚੱਕ ਕੇ ਲੈ ਕੇ ਜਾ ਰਹੇ ਅਤੇ ਸਾਨੂੰ ਤਾਂ ਅੰਦਰ ਵੜ ਦਿੱਤੀ। ਮੈਂ ਤਾਂ ਅੰਦਰ ਵੜੀ ਨਹੀਂ, ਖਾਸੇ ਲੋਕ ਹੈਗੇ ਸੀਗੇ, 8-10 ਮੁੰਡੇ ਸੀਗੇ, ਪੁਲਿਸ ਸੀਗੀ ਹਰਿਆਣੇ ਦੀ, ਆਪਣੇ ਉਰੇ ਦੀ ਵੀ ਪੁਲਿਸ ਸੀਗੀ। ਮੈਂ ਉਹਨਾਂ ਨੂੰ ਕਿਸੇ ਨੂੰ ਨਹੀਂ ਜਾਣਦੀ, ਮੈਂ ਨਹੀਂ ਕਿਸੇ ਨੂੰ ਜਾਣਦੀ, ਕਿਉਂਕਿ ਮੈਂ ਤਾਂ ਵੈਸੇ ਹੀ ਆ ਜਾਂਦੀ ਹਾਂ, 1-2 ਘੰਟਾ ਆਪਣਾ ਆ ਕੇ ਚਲੀ ਜਾਂਦੀ ਹੁੰਦੀ ਹਾਂ। ਅੱਛਾ, ਫਿਰ ਘਰ ਦੇ ਵਿੱਚ ਕੀ ਕੀ ਹੋਇਆ? ਘਰ ਦੇ ਵਿੱਚ ਚੋਰੀ ਹੋਈ ਆ, ਸਮਾਨ ਲੈ ਕੇ, ਫਾਦਰ ਸਾਹਿਬ ਹੈ ਨਹੀਂ ਸੀਗੇ, ਬਾਅਦ 'ਚ 9 ਵਜੇ ਤੋਂ ਬਾਅਦ ਆਏ ਹਾਂ, ਉਹਨਾਂ ਨੇ ਦੱਸਣਾ ਵੀ ਕਿਆ ਕੁਛ ਲੈ ਗਏ ਘਰ ਦੇ ਵਿੱਚ, ਆਪਾਂ ਤਾਂ ਆ ਜਾਈਦਾ, ਆ ਕੇ ਚਲੇ ਜਾਈਦਾ, ਆਪਾਂ ਨੂੰ ਇਹ ਨਹੀਂ ਪਤਾ ਵੀ ਘਰ ਦੇ ਵਿੱਚ ਕਿਆ ਕੁਛ ਹੈਗਾ। ਇਹਨਾਂ ਦੀ ਫਾਦਰ ਨੂੰ ਪਤਾ ਵੀ ਹਾਂ ਮੇਰੇ ਘਰ ਦੇ ਵਿੱਚ ਕਿਆ ਕੁਛ ਤਾਂ ਕੈਸ਼ ਵਗੈਰਾ ਇਹਨਾਂ ਨੂੰ ਪਤਾ। ਅੱਛਾ, ਜਿਹੜੇ ਸਮਾਨ ਜਿਹੜਾ ਤੁਹਾਡਾ ਵੀ ਕੁਛ ਵੀ ਸਮਾਨ ਛੱਡਿਆ? ਨਹੀਂ, ਸਾਡਾ ਸਮਾਨ ਨਹੀਂ ਛੱਡਿਆ, ਚੱਕ ਲੈ ਗਏ ਸਾਡੀ ਜਵੈਲਰੀ ਵਗੈਰਾ। ਹਾਂ, ਮਾਂ ਦੀ ਜਵੈਲਰੀ ਵਗੈਰਾ ਹੈ ਤੀ, ਉਹ ਵੀ ਚੱਕ ਲਈ। ਅੱਛਾ, ਭਰਾ ਨੂੰ ਮਾਰਿਆ ਕੁੱਟਿਆ, ਧੱਕੇ ਤੇ ਉਹਨਾਂ ਨੇ ਚੱਕ ਕੇ ਲੈ ਗਏ। ਤੇ ਤੁਹਾਨੂੰ ਤੁਹਾਨੂੰ ਕੀ ਕਿਹਾ ਉਹਨਾਂ ਨੇ? ਸਾਨੂੰ ਕਿਹਾ ਵੀ ਤੁਸੀਂ ਅੰਦਰ ਨਹੀਂ ਵੜਨਾ, ਕੌਣ ਆ ਤੁਸੀਂ, ਅਸੀਂ ਜਾਣਦੇ ਨਹੀਂ ਤੁਹਾਨੂੰ। ਅੱਛਾ, ਬਾਹਰ ਹੋ ਗਏ? ਬਾਹਰ ਨਹੀਂ ਕਰਦੇ, ਬਸ ਬਸ ਮੈਂ ਅੰਦਰ ਨਹੀਂ ਵੜੀ। ਮੇਰਾ ਨਾਮ ਹਰਵਿੰਦਰ ਕੌਰ ਆ ਜੀ, ਮੈਂ ਇਹਨਾਂ ਦੀ ਗੁਆਂਢਣ ਆ ਜੀ। ਅਸੀਂ ਆ ਕੇ ਦੇਖਿਆ ਵੀ ਇਹ ਅੰਦਰ ਆ ਕੇ ਘਰ ਦਾ ਸਮਾਨ ਚੱਕ ਰਹੇ ਆ ਅਤੇ ਮੁੰਡੇ ਨਾਲ ਹੱਥੋਂ ਪਾਈ ਹੋ ਰਹੇ ਆ, ਪੁਲਿਸ ਵਾਲੇ ਸੀਗੇ ਜੀ। ਜਦ ਅਸੀਂ ਉਹਨਾਂ ਨੂੰ ਪੁੱਛਿਆ ਵੀ ਤੁਸੀਂ ਆ ਕੀ ਕਰ ਰਹੇ ਹਾਂ, ਕਿਉਂ ਕਰ ਰਹੇ ਹਾਂ, ਵੀ ਘਰ ਦੇ ਮਾਲਕ ਘਰ ਨਹੀਂ ਹੈਗੇ, ਤਾਂ ਉਹਨਾਂ ਨੇ ਸਾਨੂੰ ਕਿਹਾ ਵੀ ਇੱਥੋਂ ਬਾਹਰ ਹੋ ਜਾਓ, ਨਹੀਂ ਲੇਡੀ ਪੁਲਿਸ ਬੁਲਾ ਕੇ ਤੁਹਾਨੂੰ ਅਸੀਂ ਚੱਕ ਲੈਣਾ। ਸਾਨੂੰ ਪਤਾ ਨਹੀਂ ਜੀ ਉਹਨਾਂ ਨੇ ਕੀ ਚੱਕਿਆ ਕੀ ਛੱਡਿਆ, ਸਭ ਕੁਛ ਚੱਕ ਕੇ ਲੈ ਗਏ ਜੀ ਉਹ। ਅੱਛਾ,